ਜਾ ਕਹੋ ਹਰ ਰੰਗ ਲਾਗੂ ਰੰਗ ਪ੍ਰੇਮ ਲੱਗ ਸਮੇਂ ਦੇ ਯੁੱਗ ਦੇ ਵਿੱਚ ਕਹੀਅਤ ਹੈ ਸੂਰਾ ਕਈ ਨੇ ਹੈ ਜਿਸ ਪ੍ਰਕਾਰ ਸਾਹਿਬ ਸੰਗੇ ਜੀ ਜਿਸ ਵੇਲੇ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਬੱਤੀ ਸਿੰਘ ਸ਼ਹੀਦ ਹੋ ਗਏ ਉਹਨੇ ਉਸ ਵੇਲੇ ਸਾਹਿਬ ਅਜੀਤ ਸਿੰਘ ਜੀ ਨੂੰ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਨੇ ਜਿਨ੍ਹਾਂ ਦੀ 16 ਸਾਲ ਵਿੱਚ ਉਮਰ ਸੀ ਬੇਨਤੀ ਕੀਤੀ ਸਤਿਗੁਰੂ ਪਿਤਾ ਜੀ ਆਪ ਜੀ ਨੂੰ ਅੰਮ੍ਰਿਤ ਬਾਣੀ ਜੀ ਲਿਖਿਆ ਹੋਇਆ ਹੈ ਕਿ ਸੂਰਾ ਸੋਤ ਹੈ ਜਾਨੀ ਜੋ ਲੋਹੇ ਬੀਨ ਕੇ ਹੇਠ ਪੁਰਜਾ ਪੁਰਜਾ ਕੱਟ ਮੇਰੇ ਕਹੂ ਨਾ ਛਾਡੇ ਖੇਤ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਅਨੁਸਾਰ ਮਾਰਾ ਮੈਨੂੰ ਆਗਿਆ ਦਿਓ ਮੈਂ ਜੰਗ ਵਿੱਚ ਜਾ ਕੇ ਸ਼ਹੀਦੀ ਪਾਵਾਂ। ਸਤਿਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਤੂੰ ਭਾਈ ਆਪਣੀ ਮਾਤਾ ਦੀ ਕੁੱਖ ਨੂੰ ਸਫਲੀ ਕੀਤਾ ਸਾਡਾ ਪੁੱਤਰ ਬਣ ਕੇ ਚਾਹੀਦਾ ਤੈਨੂੰ ਐਵੇਂ ਹੈ ਜੰਗ ਕਰਨਾ ਚਾਹੀਦਾ ਹੁਕਮ ਮੰਨ ਕੇ ਮਹਾਰਾਜ ਸਾਹਿਬ ਦਾ ਪ੍ਰਕੰਮਿਆ ਕਰਕੇ ਉਲਾਸ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਥਾਪੜਾ ਦਿੱਤਾ ਜੰਗ ਵਿੱਚ ਆ ਕੇ ਬਾਬਾ ਅਜੀਤ ਸਿੰਘ ਸਾਹਿਬ ਨੇ ਐਸਾ ਜੰਗ ਕੀਤਾ ਸ੍ਰੀ ਚਮਕੌਰ ਸਾਹਿਬ ਵਿੱਚ ਜਿੱਥੇ 10 ਲੱਖ ਬਾਹਰੋਂ ਫੌਜ ਆ ਗਈ ਸੀ 9 ਲੱਖ ਸਰਦਾਰ ਸਾਹਿਬ ਜਹਾਨ ਸਿੰਘ ਜੀ 11 ਸਾਲ ਦੀ ਬੜੀ ਛੋਟੀ ਉਮਰ ਸੀ ਆਪ ਜੀ ਨੇ ਜੰਗ ਮੈਦਾਨ ਵਿੱਚ ਆ ਕੇ ਸਰਦਾਰ ਸਿੰਘ ਜੀ ਐਸਾ ਜੰਗ ਕੀਤਾ ਸਵਾ ਬਾਹਰ ਜੰਗ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਹੁਕਮ ਅਨੁਸਾਰ ਦੇਖਦਿਆਂ ਹੋਇਆਂ ਸਾਹਿਬ ਜਹਾਨ ਸਿੰਘ ਜੀ ਵੀ ਸ਼ਹੀਦ ਹੋ ਗਏ। ਇਸ ਪ੍ਰਕਾਰ ਦੀ ਕੁਰਬਾਨੀ ਕੀਤੀ ਗੁਰੂ ਸਾਹਿਬ ਦੇ ਸੁਪੁੱਤਰਾਂ ਨੇ ਭਾਈ ਹਿੰਮਤ ਸਿੰਘ ਜੀ ਨੇ ਇਕੱਲੇ ਵੀ ਸਾਰੀਆਂ ਫੌਜਾਂ ਦਾ ਮੁਕਾਬਲਾ ਕੀਤਾ 5 ਪਿਆਰਿਆਂ ਚੋਂ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਜੀ ਦੋਵੇਂ ਪਿਆਰੇ ਜਾ ਕੇ ਜੰਗ ਵਿੱਚ ਮੈਦਾਨ ਵਿੱਚ ਕੁਰਬਾਨੀ ਕੀਤੀ ਸੀ। ਭਾਈ ਆਲਮ ਸਿੰਘ ਜੀ ਨੇ ਗੁਰੂ ਸਾਹਿਬ ਦੇ ਨਾਲ ਪਿਆਰ ਕਰਨ ਵਾਲੇ ਹਰ ਵਕਤ ਜਿਨ੍ਹਾਂ ਦੇ ਨਾਲ ਬਿਲਾਸ ਕਰਿਆ ਕਰਦੇ ਸਤਿਗੁਰੂ ਜੀ ਅਤੇ ਭਾਈ ਬਚਿੱਤਰ ਸਿੰਘ ਵਰਗੇ ਜਿਹੜੇ ਜਿਵੇਂ ਹਾਥੀ ਦਾ ਮੂੰਹ ਮੋੜਿਆ ਸੀ ਇਹੋ ਜਿਹੇ 40 ਸਿੰਘਾਂ ਅਨੁਸਾਰ ਸੰਗੀ ਸ਼ਹੀਦੀਆਂ ਪਾਈਆਂ ਤੇ ਮੁਕਾਬਲਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਮੈਦਾਨ ਜੰਗ ਦੇ ਵਿੱਚ ਸ਼ਹੀਦੀਆਂ ਪਾਈਆਂ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਕਿਸੇ ਪ੍ਰੇਮੀ ਨੂੰ ਪੁੱਛਿਆ ਕਿ ਮਹਾਰਾਜ ਇਹਨਾਂ ਸਿੱਖਾਂ ਨੂੰ ਤੁਸੀਂ ਕੁਰਬਾਨ ਕਿਉਂ ਕਰਤਾ ਮਹਾਰਾਜ ਕਹਿਣ ਲੱਗੇ ਸਾਡੇ ਵਿਛੋੜੇ ਜਿਉਂਦੇ ਨਹੀਂ ਸੀ ਰਹਿ ਸਕਦੇ ਇਹ ਬਹਾਦਰੀ ਨਾਲ ਸ਼ਹੀਦ ਹੋ ਕੇ ਸਾਡੇ ਸਰੂਪ ਵਿੱਚ ਮਿਲ ਚੁੱਕੇ ਹਨ। ਉਸ ਵਕਤ ਸਾਹਿਬ ਸੰਗਤ ਜੀ ਗੁਰੂ ਸਾਹਿਬ ਨੇ ਅਰਦਾਸ ਕੀਤੀ ਇਹ ਸੱਚੇ ਪਾਤਸ਼ਾਹ ਜਿਸ ਕੀ ਵਾਸ ਤੋਂ ਸਾਹਮਣੇ ਰੱਖਾ ਹੈ ਪ੍ਰਭ ਕੀ ਆਗਿਆ ਮਾਨਿਆ ਮਾਥੇ ਔਰ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਹਿਬ ਸਲਾਹ ਦਿਹਾਲ ਇਹ ਹੈ ਸੂਰਮਤਾਈ ਜਿਹੜਾ ਧਰਮ ਦੀ ਰੱਖਿਆ ਵਾਸਤੇ ਰੱਖਿਆ ਜਿੰਦਾਂ ਵਾਰਨੀਆਂ ਆਪਣੀਆਂ ਇਹ ਵੀ ਸੂਰਮਤਾਈ ਜੋ ਸਾਹਿਬਜ਼ਾਦਿਆਂ ਨੇ ਕਰਕੇ ਵਿਖਾਈ ਜੋ ਲੱਖਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਮੁਲਕ ਦੀ ਰੱਖਿਆ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ 8 ਮਹੀਨੇ ਭੁੱਖੇ ਰਹਿ ਕੇ ਫਿਰ ਵੀ ਸਾਹਿਬ ਸੰਗਤ ਜੀ ਕੁਰਬਾਨੀ ਕੀਤੀ ਇਸ ਪ੍ਰਕਾਰ ਸਿੰਘਾਂ ਦੀਆਂ ਕੁਰਬਾਨੀਆਂ ਇਹ ਵੀ ਸੂਰਮਤਾ ਹੈ। ਕਹਿੰਦੀ ਬਹੁਤ ਪਹਿਲੇ ਪਾਤਸ਼ਾਹ ਲਿਖਿਆ ਮਰਨ ਮਨੁਸਤਾ ਸੂਰਿਆਂ ਹੱਕ ਹੈ ਜੋ ਹੋਏ ਮਰੇ ਪ੍ਰਵਾਣੋ ਸੂਰੇ ਫੇਰੀ ਦਰਗਾਹ ਆਖੀ ਹੈ ਅੱਗੇ ਆਖੀ ਹੈ ਦਰਗਾਹ ਪਾਵਾ ਸਾਚੀ ਮਾਣੋ ਇਸ ਪ੍ਰਕਾਰ ਦੇ ਬਹਾਦਰ ਹਨ ਜੋ ਧਰਮ ਦੇ ਵਾਸਤੇ ਰੱਖਿਆ ਕਰਨ ਵਾਸਤੇ ਆਪਣੀਆਂ ਕੁਰਬਾਨੀਆਂ ਦਿੰਦੇ ਹੈ ਇਹੋ ਜਿਹੇ ਸੂਰਮੇ ਵੀ ਕਹੀਦੇ ਹੈ ਕਿ ਜਿਹਨੂੰ ਪਰਮੇਸ਼ਰ ਦਾ ਰੰਗ ਲੱਗ ਗਿਆ ਹੈ ਉਹ ਵੀ ਸਾਹਿਬ ਸੰਗਤ ਜੀ ਸੂਰਮਾ ਇਹ ਯੁੱਗ ਦੇ ਵਿੱਚ ਕਿਹਾ ਜਾਂਦਾ ਹੈ ਬਾਕੀ ਡਾਕੂ ਤੇ ਚੋਰ ਤੇ ਲੁਟੇਰੇ ਹਨ ਕੋਈ ਸੂਰਮੇ ਨਹੀਂ ਕਹੇ ਜਾ ਸਕਦੇ।